ਪਿਛਲੇ ਦਿਨੀ ਕੇਰਲ ਵਿੱਚ ਭਾਜਪਾ ਅਤੇ ਸ਼ਿਵ ਸੈਨਾ ਦੇ ਵਰਕਰਾਂ ਦੇ ਹੋਏ ਹਮਲਿਆਂ ਨੂੰ ਲੈ ਕੇ ਦੇਸ਼ ਭਰ ਵਿੱਚ ਭਾਜਪਾ ਵੱਲੋਂ ਧਰਨੇ ਦਿੱਤੇ ਗਏ ਨੇ ਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪੇ ਗਏ। ਇਨ੍ਹਾਂ ਧਰਨਿਆਂ ਦੌਰਾਨ ਕਈ ਥਾਵਾਂ ਤੇ ਰੋਸ ਮਾਰਚ ਵੀ ਕੱਢੇ ਗਏ। ਮੁਕਤਸਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਭਾਜਪਾ ਦੇ ਸੀਨੀਅਰ ਆਗੂ ਗੌਰਾ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ। ਇਸੇ ਤਰ੍ਹਾਂ ਕੈਥਲ ਵਿੱਚ ਭਾਜਪਾ ਵੱਲੋਂ ਰੋਸ ਮਾਰਚ ਕੱਢਿਆ ਗਿਆ। ਭਾਰਤੀ ਜਨਤਾ ਪਾਰਟੀ, ਰਾਸ਼ਟਰੀ ਸਵੰਮ ਸੇਵਕ ਸੰਘ ਜਾਂ ਜੋ ਵੀ ਭਾਰਤ ਨੂੰ ਚਾਹਣ ਵਾਲੀਆਂ ਤਾਕਤਾਂ ਹੈ, ਉਹਨਾਂ 'ਤੇ ਅੱਤਿਆਚਾਰ ਹੋਏ ਹਨ ਔਰ ਲਗਾਤਾਰ ਬੀਜੇਪੀ ਦੇ ਕਾਰਿਆਕਰਤਾ ਦੀ, ਸੰਘ ਦੇ ਕਾਰਿਆਕਰਤਾ ਦੀਆਂ ਹੱਤਿਆਵਾਂ ਹੋ ਰਹੀਆਂ ਹਨ ਔਰ ਉਹਦੀ ਐਵਜ਼ ਦੇ ਵਿੱਚ ਸਮੁੱਚੀ ਭਾਰਤੀ ਜਨਤਾ ਪਾਰਟੀ, ਸਮੁੱਚੀ ਰਾਸ਼ਟਰੀ ਸਵੰਮ ਸੇਵਕ ਸੰਘ ਨੇ, ਅਧਿਵਕਤਾ ਪਰਿਸ਼ਦ ਨੇ ਅਜੇ ਉਪਰਾਲਾ ਚੱਕਿਆ ਸੀਗਾ ਵੀ ਹਰ ਡਿਸਟ੍ਰਿਕਟ ਹੈੱਡਕੁਆਟਰ 'ਤੇ, ਸਾਰੇ ਹਿੰਦੁਸਤਾਨ 'ਚ ਡਿਸਟ੍ਰਿਕਟ ਹੈੱਡਕੁਆਟਰ 'ਤੇ 1 ਮਾਰਚ ਨੂੰ ਧਰਨਾ ਦੇ ਕੇ ਉਹਦੀ ਅਲੱਗ ਅਲੱਗ ਸਮਾਜਿਕ ਸੰਸਥਾਵਾਂ ਤੋਂ, ਅਲੱਗ ਅਲੱਗ ਧਾਰਮਿਕ ਸੰਸਥਾਵਾਂ ਤੋਂ ਮੈਮੋਰੈਂਡਮ ਦੇ ਕੇ ਡੀਸੀ ਸਾਹਿਬ ਨੂੰ, ਡੀਸੀ ਸਾਹਿਬ ਦੇ ਥਰੂ ਰਾਸ਼ਟਰਪਤੀ ਨੂੰ ਮੈਮੋਰੈਂਡਮ ਦਿੱਤਾ ਜਾਵੇ ਤਾਂ ਜੋ ਇਹ ਭਾਰਤ ਦੇ ਵਿੱਚ ਇਹ ਜਿਹੜਾ ਇਹ ਕਤਲੋ ਗੈਰਤ ਹੋ ਰਹੀ ਹੈ ਕੇਰਲਾ ਦੇ ਵਿੱਚ, ਇਹਨੂੰ ਬੰਦ ਹੋਣਾ ਚਾਹੀਦਾ ਹੈ। ਇਸ ਦੇ ਬਾਬਤ ਦੇ ਵਿੱਚ ਅੱਜ ਇਹ ਧਰਨਾ ਦਿੱਤਾ ਜਾਵੇ। ਭਾਰਤ ਜੋ ਰਾਸ਼ਟਰ ਹੈ, ਹਿੰਦੁਸਤਾਨ ਕੀ ਸਭਸੇ ਬੜੀ ਸ਼ਕਤੀ ਬਣਨੇ ਜਾ ਰਿਹਾ ਹੈ। ਹਮੇ ਇਹ ਵੀ ਸ਼ੱਕ ਹੈ ਕਿ ਕੁਛ ਬਾਹਰ ਕੀ ਜੋ ਸ਼ਕਤੀਆਂ ਹੈ ਉਹ ਹਮਾਰੇ ਦੇਸ਼ ਕੋ ਸ਼ਕਤੀਸ਼ਾਲੀ ਨਾ ਬਣਤਾ ਹੁਆ ਦੇਖ ਕੇ वो भी कहीं ना कहीं गड़बड़ कर रही हैं, वो भी कहीं ना कहीं जहाँ पे क्षेत्रीय पार्टी हैं, क्षेत्रीय पार्टियों का राज है, उनको बुखला रही हैं।